ਗੁਰਨਾਥ ਜੀ, ਸ੍ਰੀ ਭੂਸ਼ਣ ਲਾਲ ਜੰਗੜੇ, ਸ੍ਰੀ ਭੂਸ਼ਣ ਲਾਲ ਜੰਗੜੇ ਜੀ। ਮੈਂ ਫਰੈਂਡਸ, ਵੀ ਹੈਵ ਟੂ ਮੋਰ ਨੇਮਸ, ਆਈ ਵਿਲ ਕੰਪਲੀਟ ਦੈਟ ਐਂਡ ਦੈਨ ਲੀਡਰ ਆਫ ਦੀ ਹਾਊਸ ਵਿਲ ਸਪੀਕ ਐਂਡ ਦੈਨ ਵਿਲ ਹੈਵ ਸਮ ਬ੍ਰੇਕ ਫਾਰ ਲਿਟਲ ਲੰਚ ਆਰ ਵਾਟ ਐਵਰ ਯੂ ਵਾਂਟ ਟੂ ਹੈਵ। ਮੈਂ ਹਮਾਰੇ ਯਹਾਂ ਭਈਆ ਜੀ ਰੇਸ਼ਮ ਲਾਲ ਜਾਂਗੜੇ ਜੋ ਸਵਤੰਤਰਤਾ ਸੈਨਾਨੀ ਥੇ ਔਰ ਪ੍ਰਥਮ ਸਾਂਸਦ ਥੇ ਉਨਕਾ ਛੋਟਾ ਭਾਈ ਹੂੰ ਔਰ ਮੈਂ ਪੂਰਨ ਰੂਪ ਸੇ ਆਪਣੇ ਚਿਕਿਤਸੀਯ ਕਾਰ ਮੈਂ ਸੰਲਗਨ ਥਾ। ਮੁਝੇ ਰਾਜਨੀਤੀ ਮੈਂ ਕਿਸੀ ਪ੍ਰਕਾਰ ਕੀ ਕੋਈ ਰੁਚੀ ਨਹੀਂ ਥੀ, ਪਰੰਤੂ ਜਹਾਂ ਦੇਸ਼ ਮੈਂ ਆਪਾਤਕਾਲ ਘੋਸ਼ਿਤ ਹੁਆ ਉਸ ਸਮੇਂ ਮੇਰੇ ਮਨ ਮੈਂ ਦੇਸ਼ ਕੇ ਪ੍ਰਤੀ ਜੋ ਭਾਵਨਾ ਪੈਦਾ ਹੋਈ ਔਰ ਉਸੀ ਸਮੇਂ ਮੈਨੇ ਸੋਚ ਲਿਆ ਕਿ ਇਹ ਘੋਰ ਅਨਿਆਏ ਹੈ ਦੇਸ਼ ਕੇ ਲੀਏ ਔਰ ਮੈਨੇ ਉਸਮੇ ਵੀਸਾ ਮੈਂ ਮੁਝੇ ਬੰਦ ਕਰਨੇ ਕੇ ਲੀਏ ਇੱਕ ਤਰ੍ਹਾਂ ਸੇ ਘੋਸ਼ਿਤ ਹੋ ਗਿਆ ਥਾ, ਪਰੰਤੂ ਗਾਂਵ ਵਾਲੋ ਨੇ ਮੇਰੀ ਸੇਵਾ ਕੋ ਦੇਖਤੇ ਹੋਏ ਮੁਝੇ ਬਚਾ ਲਿਆ ਥਾ। ਪਰੰਤੂ ਮੇਰੇ ਪਾਰਟੀ ਵਾਲੇ ਜਿਸ ਪਾਰਟੀ ਮੈਂ ਮੈਨੇ ਕਾਮ ਕਰਨਾ ਚਾਲੂ ਕੀਆ ਉਸਨੇ ਮੁਝੇ 1990 ਮੈਂ ਮੁਝੇ ਆਪਣੀ ਸੇਵਾ ਸੇ ਮੁਕਤ ਕਰਵਾ ਦਿਆ ਔਰ ਤਬ ਸੇ ਮੈਂ ਪਾਰਟੀ ਮੈਂ ਲਗਾਤਾਰ ਲਗਾ ਹੁਆ ਹੂੰ। ਇੱਕ ਸੇ ਇੱਕ ਦਾਇਤਵ ਮੁਝੇ ਦਿਆ ਗਿਆ ਹੈ, ਉਸਮੇ ਮੈਨੇ ਆਪਣਾ ਦਾਇਤਵ ਨਿਭਾਇਆ ਹੈ, ਪਰੰਤੂ ਮੈਨੇ ਕਭੀ ਵੀ ਪਾਰਟੀ ਸੇ ਕੋਈ ਚੀਜ਼ ਆਗ੍ਰਹ ਨਹੀਂ ਕੀਆ। ਮੁਝੇ ਕਿਸੀ ਵੀ ਪਦ ਕੇ ਲੀਏ ਮੁਝੇ ਕੋਈ ਲਾਲਸਾ ਨਹੀਂ ਰਹੀ। ਮੁਝੇ 77 ਮੈਂ ਮੁਝੇ ਲੋਕ ਸਭਾ ਕਾ ਟਿਕਟ ਵੀ ਦੇ ਰਹੇ ਥੇ, ਮੈਨੇ ਮਨਾ ਕਰ ਦਿਆ ਥਾ। ਮੁਝੇ ਵਿਧਾਇਕ ਕੇ ਟਿਕਟ ਦੇ ਰਹੇ ਥੇ, ਮੈਨੇ ਮਨਾ ਕਰ ਦਿਆ ਥਾ। ਮੁਝੇ ਕਿਸੀ ਪ੍ਰਕਾਰ ਕਾ ਪਰੰਤੂ ਪਾਰਟੀ ਕੇ ਨਿਰਦੇਸ਼ ਪਾਰਟੀ ਕੇ ਆਗ੍ਰਹ ਸੇ ਮੈਂ ਅਭੀ ਰਾਜ ਸਭਾ ਕਾ ਸਾਂਸਦ ਬਣਾ। ਪਰੰਤੂ ਜਿਸ ਤਰ੍ਹਾਂ ਸੇ ਮੈਨੇ ਸੋਚਾ ਥਾ ਕਿ ਰਾਜਨੀਤੀ ਕਰੋ, ਪਰੰਤੂ ਕੂਟਨੀਤੀ ਜਿਸਕੋ ਨਹੀਂ ਆਤਾ ਉਸਕੋ ਰਾਜਨੀਤੀ ਕਰਨੇ ਸੇ ਕੋਈ ਫਾਇਦਾ ਨਹੀਂ। ਜਿਸ ਤਰ੍ਹਾਂ ਸੇ ਮੈਨੇ ਆਪਣੇ ਭਾਈਓ ਕੋ ਕੂਟਨੀਤੀ ਕੇ ਲੀਏ ਮੈਂ ਸੋਚਤਾ ਥਾ ਕਿ ਆਪ ਲੋਕ ਕੂਟਨੀਤੀ ਨਹੀਂ ਜਾਣਤੇ, ਇਸੀ ਲਈ ਰਾਜਨੀਤੀ ਢੰਗ ਸੇ ਨਹੀਂ ਕਰ ਪਾਤੇ। ਉਹੀ ਸਥਿਤੀ ਮੇਰੇ ਮੈਂ ਵੀ ਰਹੀ ਹੈ। ਮੈਂ ਕੂਟਨੀਤੀ ਕੋ ਆਜ ਤੱਕ ਨਹੀਂ ਸਮਝਾ ਔਰ ਨਾ ਮੈਂ ਕੂਟਨੀਤੀ ਮੈਂ ਜਾ ਸਕਾ ਔਰ ਬਿਨਾਂ ਕੂਟਨੀਤੀ ਕਾ ਰਾਜਨੀਤੀ ਨਹੀਂ ਹੋਤਾ, ਇਹ ਮੇਰਾ ਇੱਕ ਤਰ੍ਹਾਂ ਸੇ ਸੋਚ ਹੈ। ਪਰੰਤੂ ਦੇਸ਼ ਕੀ ਜੋ ਸੇਵਾ ਕਰੇ ਆਪ, ਦੇਸ਼ ਕੀ ਸੇਵਾ ਆਪ ਕਰੇ ਹਾਂ ਤੋ ਦੇਸ਼ ਕੀ ਸੇਵਾ ਕਰਨੇ ਮੈਂ ਆਪਣੇ ਤਨ ਮਨ ਧਨ ਤਿੰਨੋ ਕੋ ਲਗਾਉਣਾ ਪੜਤਾ ਹੈ ਔਰ ਜਬ ਤੱਕ ਹਮ ਇਸ ਤਰ੍ਹਾਂ ਸੇ ਆਪਣੇ ਆਪ ਕੋ ਉਸਮੇ ਸਮਰਪਿਤ ਨਹੀਂ ਕਰੇਂਗੇ ਤੋ ਦੇਸ਼ ਕੀ ਸੇਵਾ ਨਹੀਂ ਕਰ ਸਕਤੇ ਔਰ ਇਹ ਰਾਜਨੀਤੀ ਹੀ ਵੈਸੇ ਹੀ ਹੈ। ਆਜ ਕੇ ਰਾਜਨੀਤੀ ਜੋ ਦੇਸ਼ ਕੀ ਸੇਵਾ ਕਮ ਕਰਤੇ ਹੈ ਆਪਣੀ ਸੇਵਾ ਜ਼ਿਆਦਾ ਕਰਤੇ ਹੈ, ਇਹ ਮੈਨੇ ਆਜ ਤੱਕ ਸਮਝਾ। ਪਰੰਤੂ ਹਮ ਮੈਨੇ ਜਿਸ ਪਾਰਟੀ ਮੈਂ ਹੂੰ ਉਸ ਪਾਰਟੀ ਮੈਂ ਜੋ ਅਧਿਕਾਂਸ਼ ਲੋਕ ਜੋ ਨਿਸ਼ਠਾਵਾਨ ਲੋਕ ਹੈ ਉਸਸੇ ਮੈਂ ਆਪਣਾ ਇੱਕ ਤਰ੍ਹਾਂ ਸੇ ਸਬਕ ਲੈਤਾ ਹੂੰ, ਸਿੱਖਤਾ ਹੂੰ ਔਰ ਅਭੀ ਤੱਕ ਮੈਂ ਮੇਰੀ ਭਾਵਨਾ ਹੈ ਉਸੀ ਮੈਂ ਕਿ ਮੈਂ ਆਪਣੇ ਆਪ ਕੋ ਦੇਸ਼ ਸੇਵਾ ਮੈਂ ਹੀ ਲਗਾਊਂ, ਕਿਸੀ ਤਰ੍ਹਾਂ ਸੇ ਆਪਣੀ ਸੇਵਾ ਜਾਂ ਆਪਣੀ ਆਰਥਿਕ ਸਥਿਤੀ ਜਾਂ ਆਪਣਾ ਖੁਦ ਕਾ ਪੋਜੀਸ਼ਨ ਬਣਾਉਣੇ ਮੈਂ ਨਾ ਲਗਾ ਕੇ ਦੇਸ਼ ਸੇਵਾ ਮੈਂ ਲਗਾਊਂ। ਇਹ ਮੇਰਾ ਸਾਰੇ ਸਦਸਿਓ ਸੇ ਆਗ੍ਰਹਿ ਹੈ ਕਿ ਆਪ ਲੋਕ ਕਿਸੇ ਨਾ ਕਿਸੇ ਤਰ੍ਹਾਂ ਸੇ ਐਸਾ ਰਾਜਨੀਤੀ ਕਰੇ ਜੋ ਦੇਸ਼ ਕੀ ਸੇਵਾ ਹੋ। ਧੰਨਵਾਦ ਜੀ।